ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਕਨਵੈਨਸ਼ਨ ਅੱਜ ਬਠਿੰਡਾ ਵਿਖੇ ਹੋਈ, ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੁਖਪਾਲ ਖਹਿਰਾ ਵੱਲੋਂ, ਔਰ ਕਿਸ ਤਰੀਕੇ ਦਾ ਉੱਥੇ ਇਕੱਠ ਰਿਹਾ ਔਰ ਕਿਸ ਤਰੀਕੇ ਦੀ ਉੱਥੇ ਗੱਲਾਂ ਸੁਣਨ ਨੂੰ ਮਿਲੀਆਂ, ਕੀ ਕੁਝ ਉੱਥੇ ਵੇਖਣ ਨੂੰ ਮਿਲਿਆ। ਖੁਦ ਆਪ ਮੌਜੂਦ ਸੀਗੇ, ਅਮਿਤ ਸ਼ਰਮਾ ਜੋ ਕਿ ਸਾਡੇ ਨਾਲ ਜੁੜੇ ਸੀਗੇ ਜਦ ਅਸੀਂ ਐਨਾਲਿਸਿਸ ਕੀਤੀ ਸੀਗੀ ਕਿ ਇਹ ਹੋ ਸਕਦਾ ਹੈ ਔਰ ਉਹ ਹੋਇਆ ਵੀ, ਕੀ ਕੁਝ ਵੇਖਿਆ ਖੁਦ ਆਪ ਅਮਿਤ ਸ਼ਰਮਾ ਨੇ ਉੱਥੇ ਮੌਜੂਦ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਮਿਤ, ਵੀ ਵੈਲਕਮ ਯੂ ਔਨ ਆਰ ਸ਼ੋ, ਅੱਜ ਦਾ ਮੁੱਦਾ। ਧੰਨਵਾਦ ਕਿਰਨ, ਜਿਹੜਾ ਅੱਜ ਦੀ ਗੱਲ ਆਪਾਂ ਕਰ ਰਹੇ ਹਾਂ, ਬੜੀ ਵੱਡੀ ਅਹਿਮ ਜਿਹੜਾ ਇਹ ਮੁੱਦਾ ਹੈਗਾ, ਜਿਹੜਾ ਸੁਖਪਾਲ ਖਹਿਰਾ ਨੇ ਇੱਕ ਬੜਾ ਵੱਡਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਬਿਲਕੁਲ ਅਮਿਤ, ਅਸੀਂ ਮੈਨੂੰ ਯਾਦ ਹੈ ਕਿ ਅਸੀਂ ਪਿਛਲੇ ਹਫਤੇ ਆਪਾਂ ਇਹੀ ਡਿਸਕਸ ਕਰ ਰਹੇ ਸੀਗੇ ਕੀ ਹੋ ਸਕਦਾ ਹੈ ਔਰ ਇਹ ਹੋ ਸਕਦਾ ਹੈ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹੀ ਹੋਇਆ ਹੈ ਜੀ। ਬਿਲਕੁਲ, ਦੇਖੋ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਹੈ, ਜਿਹੜੇ ਕੇਜਰੀਵਾਲ ਹੈ, ਜਿਹਨਾਂ ਨੇ ਬੜਾ ਵੱਡਾ ਇੱਕ ਫੈਸਲਾ, ਡਿਕਟੇਟਰਸ਼ਿਪ ਜਿਹੜੀ ਉਹ ਕਰਦੇ ਨੇ, ਇੱਕ ਜਿਵੇਂ ਬੜਾ ਫਰਮਾਨ ਜਾਰੀ ਕਰ ਦਿੰਦੇ ਬਿਨਾਂ ਕੋਈ ਸੋਚੇ ਸਮਝੇ। ਪਾਰਟੀ ਦੇ ਪੁਰਾਣੇ ਜਿਹੜੇ ਵੱਡੇ ਲੀਡਰ ਹੈ ਉਹ ਪਹਿਲਾਂ ਵੀ ਹਟਾਏ ਜਾ ਚੁੱਕੇ ਹੈ, ਉਸ ਤੋਂ ਬਾਅਦ ਖਹਿਰਾ ਨੂੰ ਹਟਾਇਆ, ਪਰ ਇਸ ਵਾਰੀ ਜਿਹੜਾ ਕੇਜਰੀਵਾਲ ਨੂੰ ਇਹ ਜਿਹੜਾ ਖਹਿਰਾ ਦੇ ਖਿਲਾਫ਼ ਕਾਰਵਾਈ ਕਰਨੀ ਮਹਿੰਗੀ ਪਈ ਹੈ, ਕਿਉਂਕਿ ਖਹਿਰਾ ਨੇ ਜਿਹੜਾ ਕੱਲ੍ਹ ਇਕੱਠ ਕੀਤਾ ਸੀ ਉਹ ਬੜਾ ਵਧੀਆ ਇਕੱਠ ਸੀਗਾ, ਬਹੁਤ ਲੋਕ ਉਹਦੇ ਵਿੱਚ ਆਏ। ਇਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੂੰਗਾ, ਕੱਲ ਜਿਹੜੀ ਬਠਿੰਡਾ ਦੀ ਆਪਾਂ ਕਨਵੈਨਸ਼ਨ ਰੱਖੀ ਗਈ ਸੀ, ਜਿੱਥੇ ਕਨਵੈਨਸ਼ਨ ਸੀ ਉਸ ਜਗ੍ਹਾ ਦੇ ਉੱਤੇ ਇੰਨੀ ਜ਼ਿਆਦਾ ਗਰਮੀ ਸੀ ਹਰਕੀਰਤ ਕਿ ਹਰ ਬੰਦਾ ਬੁਰੇ ਹਾਲਾਤ ਸੀ ਗਰਮੀ ਦੇ, ਪਰ ਉਸ ਦੇ ਬਾਵਜੂਦ ਵੀ ਖਹਿਰਾ ਦੇ ਕਨਵੈਨਸ਼ਨ ਦੇ ਵਿੱਚ ਕੋਈ ਵੀ ਬੰਦਾ ਉੱਠ ਕੇ ਨਹੀਂ ਗਿਆ, ਤੇ ਜਿੰਨੇ ਵੀ ਵਰਕਰ ਸੀਗੇ ਉੱਥੇ ਆਏ ਹੋਏ, ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀਗੇ, ਸਾਰੇ ਉਸ ਰੈਲੀ ਦੇ ਵਿੱਚ ਰਹੇ। ਭਿਅੰਕਰ ਗਰਮੀ ਸੀ, ਬੁਰੇ ਹਾਲਾਤ ਸੀਗੇ ਗਰਮੀ ਨਾਲ, ਪਰ ਫਿਰ ਵੀ ਲੋਕ ਡਟੇ ਰਹੇ। ਖਹਿਰਾ ਨੂੰ ਉਹਨਾਂ ਨੇ ਆਪਣਾ ਸਮਰਥਨ ਦਿੱਤਾ, ਅਸੀਂ ਲੋਕਾਂ ਨਾਲ ਗੱਲ ਵੀ ਕਰੀ ਸੀ ਵੀ ਹਾਂਜੀ ਤੁਹਾਨੂੰ ਕੀ ਲੱਗਦਾ, ਲੋਕ ਕਹਿੰਦੇ ਸੀ ਕਿ ਜਿਹੜਾ ਪੰਜਾਬ ਦੇ ਹਿੱਤ ਵਾਸਤੇ ਕਰੂਗਾ ਅਸੀਂ ਉਹਨਾਂ ਦੇ ਨਾਲ ਹੈ। ਤੇ ਕੇਜਰੀਵਾਲ ਨੇ ਇਸ ਰੈਲੀ ਨੂੰ ਜਿਹੜਾ ਹੈਗਾ ਇਹ ਕਿਹਾ ਸੀ ਕਿ ਜਿਹੜਾ ਇਸ ਰੈਲੀ ਵੀ ਜਾਊਗਾ ਜਾਂ ਜੇ ਰੈਲੀ ਕੀਤੀ ਜਾਊਗੀ, ਚਾਹੇ ਵਿਧਾਇਕ ਹੈ ਜਾਂ ਵਲੰਟੀਅਰ ਹੈ, ਉਹ ਪਾਰਟੀ ਵਿਰੋਧੀ ਹੈ। ਲੋਕਾਂ ਨੇ ਬਿਨਾਂ ਉਹਦੀ ਪਰਵਾਹ ਕੀਤੇ ਕੇਜਰੀਵਾਲ ਦੀ ਹੁੰਮ ਹੁਮਾ ਕੇ ਲੋਕ ਪੂਰੇ ਪੰਜਾਬ ਦੇ ਕੋਨੇ ਕੋਨੇ ਤੋਂ ਗਏ ਨੇ, ਪੰਜਾਬ ਦੇ ਹਰ ਜ਼ਿਲ੍ਹੇ ਤੋਂ ਲੋਕ ਆਪਣੇ ਜਿਹੜੇ ਪੱਲੋ ਵਸਾਂ ਤੇ ਖਰਚ ਕੇ ਪੈਸੇ, ਕਾਰਾਂ ਦੇ ਪੈਸੇ ਖਰਚ ਕੇ ਜਿਹੜੇ ਹੈਗੇ ਆ ਪਿੰਡਾਂ ਵਾਲੇ ਲੋਕ ਜਿਹੜੇ ਆ ਇਸ ਕਨਵੈਨਸ਼ਨ ਨੂੰ ਕਾਮਯਾਬ ਕਰਨ ਪਹੁੰਚੇ ਤੇ ਸੁਖਪਾਲ ਖਹਿਰਾ ਦੀ ਬੜੀ ਵੱਡੀ ਜਿੱਤ ਹੋਈ ਹੈ, ਲੋਕਾਂ ਨੇ ਜਿਹੜਾ ਉਹਦਾ ਸਾਥ ਦਿੱਤਾ। ਕਨਵੈਨਸ਼ਨ ਚ ਇੰਨਾ ਰਸ਼ ਹੋ ਗਿਆ ਸੀ ਕਿ ਕਿਤੇ ਵੀ ਖੜਨ ਨੂੰ ਬੈਠਣ ਨੂੰ ਥਾਂ ਨਹੀਂ ਸੀ, ਲੋਕ ਤੋਪਾਂ ਦੇ ਵਿੱਚ ਸੜਕਾਂ ਦੇ ਆਲੇ ਦੁਆਲੇ ਖੜੇ ਸੀ, ਦੀਵਾਰਾਂ ਤੇ ਬੈਠੇ ਸੀ, ਅਸੀਂ ਖੁਦ ਉੱਥੇ ਮੌਜੂਦ ਸੀ, ਜੋਰ ਸੀ ਲੋਕਾਂ ਦਾ। ਕਿੰਨਾ ਕੁ ਘੱਟ ਹੋਏਗਾ, ਕਿੰਨੇ ਕਿੰਨੇ ਕਿੰਨੀ ਕੁ ਗਿਣਤੀ ਹੋਏਗੀ ਅਮਿਤ? ਦੇਖੋ ਜੇ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 9 ਤੋਂ 10 ਹਜ਼ਾਰ ਦੇ ਲਗਭਗ ਜਿਹੜੀ ਕੁਰਸੀ ਲਗਾਈ ਗਈ ਸੀ, ਤੇ ਕੁਰਸੀ ਲਗਾਉਣ ਤੋਂ ਬਾਵਜੂਦ ਵੀ ਜਿਹੜੇ ਲੋਕ ਹੈ ਬਾਹਰ ਬੱਚੇ ਸੀ, ਮੇਰੇ ਜੇ ਆਪਾਂ ਮੋਟਾ ਆਈਡੀਆ ਲਗਾਈਏ ਤਾਂ 15-16 ਹਜ਼ਾਰ ਦੇ ਨੇੜੇ ਤੇੜੇ ਜਿਹੜਾ ਇਕੱਠ ਹੈਗਾ ਸੀਗਾ, ਵੱਧ ਵੀ ਹੋ ਸਕਦਾ ਕਿਉਂਕਿ ਕਈ ਲੋਕ ਬਾਹਰ ਵੀ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਸੀ, ਪਰ ਟੈਂਟ ਦੀ ਗੱਲ ਕੀਤੀ ਤਾਂ ਟੈਂਟ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਤੀਲਾ ਸੁੱਟਣ ਦੀ ਥਾਂ ਵੀ ਨਹੀਂ ਸੀ, ਇੰਨੇ ਪੂਰਾ ਭਰਿਆ ਪਿਆ ਸੀ ਟੈਂਟ ਸਾਰੇ, ਔਰ ਰਸ਼ ਬਹੁਤ ਜ਼ਿਆਦਾ ਸੀ ਲੋਕਾਂ ਦਾ। ਲੋਕਾਂ ਨੇ ਵੀ ਇਹ ਗੱਲ ਕਹੀ ਮਤਲਬ ਜਿਹੜਾ ਆਮ ਆਦਮੀ ਪਾਰਟੀ ਦਾ ਤੀਲਾ, ਜਿਹੜਾ ਆਮ ਆਦਮੀ ਪਾਰਟੀ ਦਾ ਝਾੜੂ ਆ, ਤੀਲਾ ਤੀਲਾ ਹੋਇਆ ਪਿਆ, ਤੇ ਉਹ ਵੀ ਨਹੀਂ ਜੋੜ ਸਕਦੇ ਸੀਗੇ ਉਹਦੇ ਅੰਦਰ, ਇੰਨਾ ਇਕੱਠ ਸੀਗਾ ਜੀ। ਜੀ ਬਿਲਕੁਲ ਬਿਲਕੁਲ ਬਿਲਕੁਲ, ਲੋਕ ਜਿਹੜਾ ਲੋਕਾਂ ਨੇ ਆਪਣਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਜਿਹੜੇ ਵਲੰਟੀਅਰ ਹੈ, ਕਿਉਂਕਿ ਪੰਜਾਬ ਦੀ ਜਿਹੜੀ ਜਨਤਾ ਹੈ, ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਕਿ ਇਹ ਪੰਜਾਬ ਦੇ ਵਸਨੀਕਾਂ ਨੂੰ, ਸੁਖਪਾਲ ਖਹਿਰਾ ਨੂੰ ਫਤਵਾ ਦਿੱਤਾ। ਦੇਖੋ ਆਮ ਆਦਮੀ ਪਾਰਟੀ ਦੇ ਬੈਨਰ ਤਲੇ ਇਹ ਜਿਹੜੀ ਹੋਈ ਹੈ ਕਨਵੈਨਸ਼ਨ ਹੋਈ ਸੀ, ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਉਹ ਪਾਰਟੀ ਦੇ ਐਂਟੀ ਕੋਈ ਵੀ ਵਿਰੋਧੀ ਪਾਰਟੀ ਵਿਰੋਧੀ ਕੰਮ ਨਹੀਂ ਕਰ ਰਹੇ, ਉੱਥੇ ਬੈਨਰ ਲੱਗਿਆ ਸੀ ਉਹਦੇ ਤੇ ਲਿਖਿਆ ਸੀ ਆਮ ਆਦਮੀ ਪਾਰਟੀ ਕਨਵੈਨਸ਼ਨ, ਤਾਂ ਜਿਹੜੇ ਲੋਕ ਹੈ ਆਮ ਆਦਮੀ ਪਾਰਟੀ ਦੀ ਕਨਵੈਨਸ਼ਨ ਜਿਹੜੀ ਖਹਿਰਾ ਜਿਹਨੂੰ ਕਰ ਰਹੇ ਸੀ ਤਾਂ ਲੋਕ ਉਹਦੀ ਸਪੋਰਟ ਲਈ ਪਹੁੰਚੇ ਸੀ। ਲੋਕਾਂ ਨੂੰ ਦਿੱਲੀ ਦੇ ਜਿਹੜੇ ਕੇਜਰੀਵਾਲ ਹੈਗੇ ਆ ਬੜਾ ਲੋਕਾਂ ਚ ਗੁੱਸਾ ਸੀਗਾ, ਲੋਕਾਂ ਨੇ ਬਿਨਾਂ ਪਰਵਾਹ ਕੀਤੇ ਇਸ ਕਨਵੈਨਸ਼ਨ ਵਿੱਚ ਪਹੁੰਚੇ। ਇਹ ਹੁਣ ਸੁਖਪਾਲ ਖਹਿਰਾ ਨੇ ਐਲਾਨ ਵੀ ਕੀਤਾ ਕਿ ਜਿਹੜੇ ਹੁਣ ਉਹਨਾਂ ਦੇ ਆਪਣੇ ਹੱਕ ਹੈ ਜਾਂ ਜਿਹੜੇ ਪੰਜਾਬ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ, ਉਹਨਾਂ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਪੰਜਾਬ ਇਹ ਨਾਰਾ ਦਿੱਤਾ, ਪੰਜਾਬੀਆਂ ਦਾ ਹੱਕ ਆਪਣਾ, ਉਹਨਾਂ ਨੇ ਲੋਕਾਂ ਨੂੰ ਜਿਹੜਾ ਸਹਿਯੋਗ ਮਿਲੇ ਲੋਕਾਂ ਦਾ, ਤਾਂ ਉਹਨਾਂ ਨੇ ਕਿਹਾ ਕਿ ਆਪਣੇ ਫੈਸਲੇ ਅਸੀਂ ਖੁਦ ਲਵਾਂਗੇ। ਕੰਵਰ ਸੰਧੂ ਜਿਹੜੇ ਵਿਧਾਇਕ ਨੇ ਖਰੜ ਤੋਂ, ਉਹਨਾਂ ਨੇ ਵੀ ਚੰਗੀ ਭੜਾਸ ਕੱਢੀ ਹੈ ਕੇਜਰੀਵਾਲ ਦੇ ਖਿਲਾਫ਼ ਕਿ ਕਿਸ ਤਰੀਕੇ ਨਾਲ ਧੱਕੇ ਨਾਲ ਹੀ ਜਿਹਨੂੰ ਜਦੋਂ ਦਿਲ ਕੀਤਾ ਤਾਂ ਉਸ ਕੇਜਰੀਵਾਲ ਨੇ ਉਸ ਲੀਡਰ ਨੂੰ ਹਟਾਇਆ, ਪਰ ਇਸ ਵਾਰੀ
ਉਹ ਕਹਿੰਦੇ ਵੀ ਅਸੀਂ ਇਹ ਜੇ ਕੋਈ ਵੀ ਫੈਸਲੇ ਜਿਹੜੇ ਆ ਆਪਣੇ ਤਾਂ ਨਹੀਂ ਥੋਪਣ ਦੇਵਾਂਗੇ। ਜਿੰਨਾ ਆਪਾਂ ਕਹਿ ਸਕਦੇ ਹਾਂ ਕਿ ਕੇਜਰੀਵਾਲ ਨੂੰ ਫਿਰ ਇਹਦਾ ਮਤਲਬ ਨਹੀਂ ਪਤਾ ਪੰਜਾਬ ਦੀ ਸਿਆਸਤ ਬਾਰੇ, ਪੰਜਾਬ ਦੇ ਮਸਲਿਆਂ ਬਾਰੇ, ਪੰਜਾਬ ਦੇ ਇਸ਼ੂਜ਼ ਬਾਰੇ, ਔਰ ਜਦ ਉਹ ਜੋ ਵੀ ਫੈਸਲਾ ਲੈਂਦੇ ਨੇ ਉਹਨਾਂ ਦੇ ਅਗੇਂਸਟ ਹੀ ਜਾਂਦਾ। ਦੇਖੋ ਕੇਜਰੀਵਾਲ ਨੂੰ ਸਭ ਕੁਛ ਪਤਾ ਹੈ ਵੀ ਕੀ ਕਰ ਰਹੇ ਨੇ ਉਹ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਲੀਡਰ ਵੱਡੇ ਹਟਾਏ ਜਾ ਚੁੱਕੇ ਆ, ਉਹ ਕੋਈ ਕੇਜਰੀਵਾਲ ਕੋਈ ਆਪਾਂ ਇਹ ਨੀ ਕਹਿ ਸਕਦੇ ਕਿ ਉਹ ਅਣਜਾਣ ਨੇ, ਸਭ ਕੁਛ ਉਹਨਾਂ ਨੂੰ ਪਤਾ ਹੈ। ਆਖਰ ਉਹ ਇਹ ਜੇ ਫੈਸਲੇ ਲੈਂਦੇ ਕਿਉਂ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਜਰੀਵਾਲ ਨੂੰ ਇਹ ਜੇ ਫੈਸਲੇ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਇਹਦਾ ਨਤੀਜਾ ਕੀ ਹੋਊਗਾ। ਉਹਨਾਂ ਨੂੰ ਕੇਜਰੀਵਾਲ ਨੂੰ, ਮਨੀਸ਼ ਸਿਸੋਦੀਆ ਨੂੰ ਜਾਂ ਜਿਹੜੀ ਵੀ ਇਹਨਾਂ ਦੇ ਵੱਡੇ ਲੀਡਰ, ਉਹਨਾਂ ਨੂੰ ਇਹ ਹੋਊਗਾ ਕਿ ਜਿਹੜੇ ਹੁਣ ਪਹਿਲਾਂ ਲੀਡਰ ਹਟਾਏ ਆ, ਸੁੱਚਾ ਸਿੰਘ ਨੂੰ ਕੱਢ ਦਿੱਤਾ ਗਿਆ ਪਾਰਟੀ ਚੋਂ, ਠੀਕ ਹੈ ਜੀ, ਧਰਮਵੀਰ ਗਾਂਧੀ ਉਹਦੇ ਖਿਲਾਫ਼ ਕਾਰਵਾਈ ਕੀਤੀ ਗਈ, ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਇਹਦੇ ਖਿਲਾਫ਼ ਵੀ, ਖਹਿਰੇ ਦੇ ਖਿਲਾਫ਼ ਵੀ ਕਾਰਵਾਈ ਕਰ ਦਿੱਤੀ ਜਾਵੇ। ਠੀਕ ਹੈ ਅਮਿਤ, ਤੁਸੀਂ ਇੱਕ ਮਿੰਟ ਬਣੇ ਰਹੋ ਸਾਡੇ ਨਾਲ, ਮੇਰੇ ਨਾਲ ਕਾਫ਼ੀ ਸਾਰੇ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਸਵਾਲ ਪੁੱਛ ਲਈਏ ਕਿ ਆਖਿਰਕਾਰ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕੇਵਲ ਜਗਪਾਲ ਬੋਲਦਾ ਲੀਡਸ ਤੋਂ ਜੀ। ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਾਫੀ ਖਹਿਰਾ ਸਾਹਿਬ ਨੂੰ ਬਹੁਤ ਹੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ। ਖਹਿਰਾ ਸਾਹਿਬ ਨੂੰ ਬਹੁਤ ਹੀ ਸਪੋਰਟ ਮਿਲੀ ਹੈ ਉੱਥੋਂ, ਪੰਜਾਬ ਵਿੱਚੋਂ ਨਹੀਂ ਜੀ, ਐਨ ਆਰ ਆਈ ਜਿਹੜੇ ਬਾਹਰ ਦੇ ਮੁਲਕਾਂ ਨੂੰ, ਉਹਨਾਂ ਨੂੰ ਬਹੁਤ ਸਪੋਰਟ ਮਿਲੀ ਹੈ ਜੀ। ਹਾਂਜੀ, ਤਾਂ ਇਹ ਜਿਹੜੀ, ਇਹ ਜਿਹੜਾ ਜੀ ਭਾਵਾਂ ਆਮ ਆਦਮੀ ਪਾਰਟੀ ਜੇ ਕਈ ਸਮਝੇ ਟੁੱਟ ਜਾਣੀ ਹੈ, ਪਰ ਇਹ ਗੱਲ ਹੈ ਵੀ ਇਹਨੂੰ ਮਜ਼ਬੂਤ ਕਰਨ ਲਈ ਖਹਿਰਾ ਸਾਹਿਬ ਨੇ ਬਹੁਤ ਹੀ ਉਪਰਾਲਾ ਕੀਤਾ। ਪਰ ਇਹ ਹੈ ਵੀ ਜੇ ਦਿੱਲੀ ਦੀ ਜਿਹੜੀ ਹੈਗੀ ਹੈ ਸਰਕਾਰ ਆ, ਜਾਂ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਆ, ਉਹਨਾਂ ਨੂੰ ਬਿਲਕੁਲ ਦਖਲ ਦੇਣਾ ਚਾਹੀਦਾ ਨਹੀਂ ਹੈ। ਗੱਲ ਇਹ ਹੈ ਜੀ, ਖਹਿਰਾ ਸਾਹਿਬ ਨੂੰ ਐਲ ਓ ਪੀ ਕੱਢ ਕੇ ਜਿਹਨੇ ਦਲਿਤ ਕਾਰਡ ਖੇਲਿਆ ਉਹ ਬਹੁਤ ਗਲਤ ਆ। ਦੇਖੋ ਜੀ, ਆਪਣੇ ਗਾਂਧੀ ਸਾਹਿਬ ਨੇ ਵੀ ਆਮ ਆਦਮੀ ਪਾਰਟੀ ਚ ਕੱਢਿਆ, ਉਹ ਵੀ ਮੈਨੂੰ ਲੱਗਦਾ, ਮੈਨੂੰ ਸੁਣਿਆ ਸ਼ਾਇਦ ਉਹ ਵੀ ਦਲਿਤ ਨੇ, ਪਰ ਇਹ ਦਲਿਤ ਦਾ ਕਾਰਡ ਖੇਲਣਾ ਚਾਹੀਦਾ ਨਹੀਂ ਸੀ। ਜਿਸ ਤਰ੍ਹਾਂ ਕਿ ਸੈਂਟਰ ਚ ਮੁਸਲਮਾਨ, ਅਸਲ ਮੁਸਲਮਾਨ ਹਿੰਦੂ ਦਾ ਕਾਰਡ ਖੇਲਦੀ ਹੈ ਬੀਜੇਪੀ, ਇਹਨਾਂ ਨੂੰ ਚਾਹੀਦਾ ਨੀ। ਬਿਲਕੁਲ, ਬਹੁਤ ਹੁੰਗਾਰਾ ਮਿਲਿਆ ਸੁਖਪਾਲ ਖਹਿਰਾ ਨੂੰ ਵਿਦੇਸ਼ਾਂ ਤੋਂ ਵੀ, ਜਿਸ ਕਰਕੇ ਉੱਥੇ ਵੇਖਣ ਨੂੰ ਵੀ ਮਿਲਿਆ ਕਿ ਕਈ ਐਨ ਆਰ ਆਈਜ਼ ਨੇ ਵੀ ਸਪੋਰਟ ਕੀਤਾ ਸੀਗਾ ਕਿ ਤੁਸੀਂ ਜਾਓ, ਬੱਸਾਂ ਲੈ ਕੇ ਜਾਓ ਔਰ ਸੁਖਪਾਲ ਖਹਿਰਾ ਨੂੰ ਸਪੋਰਟ ਕਰੋ। ਇਹ ਵੀ ਖਬਰਾਂ ਜਿਹੜੀਆਂ ਮੀਡੀਆ ਦੇ ਵਿੱਚ ਇਹਨਾਂ ਨੇ ਜਗ੍ਹਾ ਬਣਾਈ ਹੈ। ਅਮਿਤ, ਇੱਥੇ ਮੈਂ ਤੁਹਾਨੂੰ ਪੁੱਛ ਰਿਹਾ ਸੀਗਾ, ਔਰ ਕਾਫੀ ਸਾਰੇ ਕਾਲਰ ਸਾਨੂੰ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਔਰ ਅੱਜ ਵੀ ਕਹਿ ਰਹੇ ਨੇ ਕਿ ਵਧੀਆ ਬੁਲਾ ਰਹੇ ਨੇ ਸੁਖਪਾਲ ਖਹਿਰਾ, ਉਹਨਾਂ ਦੇ ਵਿੱਚ ਛਵੀ ਨਜ਼ਰ ਆਉਂਦੀ ਹੈ ਕਿ ਪੰਜਾਬ ਦੀ ਕੁਰਸੀ ਨੂੰ ਸੰਭਾਲ ਸਕਦੇ ਨੇ ਔਰ ਪੰਜਾਬ ਦੇ ਮੁੱਦਿਆਂ ਨੂੰ ਉਹ ਬਿਲਕੁਲ ਆਪਣੀ ਆਵਾਜ਼ ਦੇ ਨਾਲ ਔਰ ਨਿਰਪੱਖ ਤਰੀਕੇ ਨਾਲ ਵੀ ਉਹ ਪਾਰਟੀ ਦੇ ਸਾਹਮਣੇ ਰੱਖਦੇ ਨੇ, ਕਾਂਗਰਸ ਪਾਰਟੀ ਦੇ ਸਾਹਮਣੇ ਰੱਖਦੇ ਨੇ, ਯਾਨੀ ਕਿ ਹਾਕਮ ਸਰਕਾਰ ਦੇ ਸਾਹਮਣੇ ਰੱਖਦੇ ਨੇ। ਬਿਲਕੁਲ ਹਰਕੀਰਤ, ਦੇਖੋ ਜੇਕਰ ਸੁਖਪਾਲ ਖਹਿਰਾ ਦੀ ਗੱਲ ਕੀਤੀ ਜਾਵੇ ਤਾਂ ਵਿਭਾਗ ਲੀਡਰ ਨੇ ਪੰਜਾਬ ਦੇ ਮੁੱਦਿਆਂ ਨੂੰ ਬੜੇ ਵਧੀਆ ਤਰੀਕੇ ਨਾਲ, ਜਿਹੜੇ ਵਿਪਕਸ਼ ਦੇ ਐਲ ਓ ਪੀ ਦੇ ਜਾਂ ਜਿਹੜੀ ਡਿਊਟੀ ਮਿਲੀ ਸੀ, ਬੜੇ ਤਰੀਕੇ ਨਾਲ ਨਿਭਾਈ ਹੈ। ਪੰਜਾਬ ਦੇ ਹਰ ਮੁੱਦੇ ਨੂੰ, ਮੁੱਦਾ ਹੋਵੇ ਨਸ਼ੇ ਦਾ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ ਹੋਵੇ, ਸੁਖਪਾਲ ਖਹਿਰਾ ਦੇ ਕੰਮ ਦੇ ਉੱਤੇ ਕੋਈ ਵੀ ਉਂਗਲੀ ਨਹੀਂ ਉਠਾ ਸਕਦਾ। ਇਹ ਕੇਜਰੀਵਾਲ ਨੇ ਪਤਾ ਨੀ ਕਿਉਂ, ਆਪਾਂ ਕਹਿ ਸਕਦੇ ਬੜੀ ਵੱਡੀ ਬੇਵਕੂਫੀ ਕੀਤੀ ਹੈ। ਇਹਨੂੰ ਮੈਂ ਤਾਂ ਬੇਵਕੂਫੀ ਕਹੂੰਗਾ ਕਿ ਇੱਕ ਲੀਡਰ ਜਿਹੜਾ ਬੈਠਾ ਉੱਥੇ ਦਿੱਲੀ ਦੇ ਵਿੱਚ ਫੈਸਲੇ ਲੈ ਰਿਹਾ, ਟਵੀਟ ਕਰਵਾ ਰਿਹਾ ਆਪਣੇ ਪਾਰਟੀ ਦੇ ਵੱਡੇ ਲੀਡਰਾਂ ਤੋਂ, ਟਵੀਟ ਕਰ ਤੋਂ ਵੀ ਉਹਨੂੰ ਹਟਾ ਦਿੱਤਾ ਗਿਆ। ਇਹ ਮੁਸ਼ਕਾਨੀ ਹਰਕਤ ਹੈ ਨਾ ਜਿਹੜੀ ਪੰਜਾਬ ਦੀ ਜਨਤਾ, ਕੇਜਰੀਵਾਲ ਨੂੰ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ। ਬਿਲਕੁਲ ਕੇਜਰੀਵਾਲ ਨੂੰ ਸੋਚਣਾ ਚਾਹੀਦਾ ਸੀਗਾ। ਅਮਿਤ ਬਣੇ ਰਹੋ ਮੇਰੇ ਨਾਲ, ਕਾਲਰਸ ਲਗਾਤਾਰ ਜੁੜ ਰਹੇ ਨੇ, ਉਹਨਾਂ ਦੀ ਵੀ ਓਪੀਨੀਅਨਸ ਵਿੱਚ ਲੈ ਲਈ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਛੋਟੇ ਭਾਈ ਹਰਕੀਰਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਗੁਰਦੇਵ ਸਿੰਘ ਭੋਗਲ ਜੀ, ਮੱਖਣ ਸਿੰਘ ਜੀ ਬੋਲ ਰਹੇ। ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਮੈਂ ਗੱਲਾਂ ਬਹੁਤ ਘੱਟ ਕਰਨੀ ਆ, ਮੈਂ ਸਿਰਫ ਤੁਹਾਨੂੰ ਲੈਣਾ ਜੀ, ਇੱਕ ਬਹੁਤ ਖੁਸ਼ੀ ਹੈ ਮੈਨੂੰ, ਮਾਣ ਵੀ ਆਪਣੇ, ਜਿੱਦਾਂ ਕਹਿੰਦੇ ਪਹਿਲੋਂ ਵੀ ਮਾਣ ਸੀ ਸੁਖਪਾਲ ਖਹਿਰਾ ਤੇ, ਅੱਜ ਵੀ ਆਸਾਂ ਰੱਖਣੀਆਂ ਚਾਹੀਦੀਆਂ, ਉਹਨੂੰ ਵੀ ਆਸਾਂ ਕਿ ਸਾਡੇ ਬਾਹਰਲਿਆਂ ਤੋਂ, ਐਨ ਆਰ ਆਈ ਭਰਾਵਾਂ ਤੋਂ। ਕਰੈਕਟ 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 ਹਾਂਜੀ, ਦੇਖੋ ਸਰੀਕਾ ਮੈਂ ਥੋੜੀਆਂ ਲੈਣੀ ਤੁਹਾਡੀ ਗੱਲ, ਮੈਂ ਕਹਿੰਦਾ ਸਰੀਕੇ ਦਾ ਮਤਲਬ ਹੈ ਸਰੀਕ ਜਾਨੀ ਹਿੱਸੇਦਾਰ, ਜੀ ਜੀ, ਜਿੱਦਾਂ ਭਰਾ ਬਰਾਦਰੀ ਜਾਂ ਦੂਸਰੇ ਰਿਸ਼ਤੇਦਾਰ, ਜੀ 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 ਜੀ, ਬਾਕੀਆਂ ਨਾਲੋਂ ਜਦ ਕੋਈ ਉੱਪਰ ਵੱਧ ਜਾਂਦਾ ਬਾਕੀ ਉਹਨੂੰ ਏਦਾਂ ਮਾਰਦੇ ਕਿ ਖੁਦ ਖੱਦ ਜਾਂਦਾ, ਜੀ 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 ਜੀ। ਸੁਖਪਾਲ ਖਹਿਰਾ ਤੇ ਸਭ ਜਿੰਨੀਆਂ ਲਾਈਨਾਂ ਮੈਂ ਬੋਲੂਗਾ ਉਹ ਤੇ ਬੋਲ ਰਿਹਾ ਕਿ ਤੁਹਾਨੂੰ ਸਰੀਕੇ ਦਾ ਸਭ ਪਤਾ ਹੈ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ। ਜੀ 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 ਜੀ, ਸਿੱਟਾ ਇਹ ਨਿਕਲਦਾ ਸਰੀਕੇ ਤੋਂ ਵੱਜਣ ਦੀ ਕੋਈ ਸੂਰਤ ਨਹੀਂ। ਜੀ 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 ਜੀ, ਤੁਹਾਡੇ ਬੱਚੇ ਵੱਧਦੇ ਦੇਖ ਕੇ ਸਰੀਕ ਨੂੰ ਸਾੜ ਹੁੰਦਾ, ਉਹ ਧੋਖੇ ਦਾ ਪਿਆਰ ਸਰੀਕ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਜੀ।
ਦੇਖੋ ਆਹ ਦੋ ਲਾਈਨਾਂ ਮੈਂ ਹੁਣ ਸ਼ਾਹ ਮੁਹੰਮਦ ਦੀਆਂ ਇਸ ਟਾਈਮ ਜਿਹੜੀਆਂ ਬੋਲਣੀਆਂ ਚਾਹੀਦੀਆਂ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ। ਸਰਕਾਰ ਕੌਣ? ਮਹਾਰਾਜਾ ਰਣਜੀਤ ਸਿੰਘ ਸੀ ਉਸ ਵੇਲੇ ਕਿ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ, ਉਹ ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਮਾਰੀਆਂ ਨੀ, ਉਹ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਦੇਖੋ ਉਹੋ ਹੀ ਮਹਾਰਾਜਾ ਰਣਜੀਤ। ਪਰ ਅੱਜ ਸਰਕਾਰ ਕਿਹੜੀ ਦੀ ਲੋੜ ਆ? ਇਹਨੂੰ ਆਪਣੇ ਮਾਣ ਆ ਬਾਹਰਲੇ ਭਰਾਵਾਂ ਤੇ ਨਾਲੇ ਭਰਾਵਾਂ ਤੇ ਜੀ ਮੱਖਣ ਸਿੰਘ ਜੀ ਬਿਲਕੁਲ ਹਾਂਜੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਪਿਆਰ ਭਰੀ ਸਤਿ ਸ੍ਰੀ ਅਕਾਲ ਮੱਖਣ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਫੀਡਬੈਕ ਲੈ ਲਈਏ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਭੈਣ ਜੀ ਕ੍ਰਾਈਡਨ ਤੋਂ ਬੋਲਦਾ ਮੈਂ ਜੀ। ਕੀ ਕਹਿਣਾ ਚਾਹੋਗੇ? ਅਮਰਿੰਦਰ ਕਾਲੋਂ ਜੀ। ਹਾਂਜੀ ਮੈਂ, ਹਾਂਜੀ ਮੈਂ ਕਹਿਣਾ ਚਾਹੁੰਦਾ ਜੀ, ਅਸੀਂ ਸੁਖਪਾਲ ਹੁਣਾਂ ਦੇ ਨਾਲ ਆ, ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੇ ਆ ਜੀ। ਉਹ ਸੱਚ ਦੀ ਆਵਾਜ਼ ਉਠਾਉਂਦੇ ਨੇ ਜੀ, ਤੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਨਾਲ ਹੈਗੇ ਆ ਔਰ ਨਾਲ ਰਵਾਂਗੇ ਜੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਅਮਿਤ, ਮੈਨੂੰ ਕਾਫੀ ਸਾਰੇ ਕਾਲਰਸ ਦੀ ਕਾਲਸ ਆਈਆਂ, ਉਹਨਾਂ ਨੇ ਕਿਹਾ ਕਿ ਵੀ ਗੋਨਾ ਸਪੋਰਟ ਸੁਖਪਾਲ ਖਹਿਰਾ, ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਔਰ ਉਹਨਾਂ ਨੂੰ ਬਾਹਰ ਤੋਂ ਵੀ ਜਿਹੜੀ ਮਦਦ ਦੀ ਜ਼ਰੂਰਤ ਹੈਗੀ ਹੈ, ਜੋ ਵੀ ਚਾਹੁੰਦੇ ਨੇ ਉਹ ਅਸੀਂ ਜ਼ਰੂਰ ਕਰਾਂਗੇ। ਅਤੇ ਉਹ ਵੇਖਣ ਨੂੰ ਵੀ ਅੱਜ ਮਿਲਿਆ ਬਠਿੰਡਾ ਦੇ ਅੰਦਰ, ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਵਾਪਰਿਆ ਅੱਜ ਇਸ ਕਨਵੈਨਸ਼ਨ ਦੇ ਵਿੱਚ। ਅਮਿਤ, ਤੁਸੀਂ ਬਣੇ ਰਹੋ ਸਾਡੇ ਨਾਲ, ਨਵੀਨ ਸ਼ਰਮਾ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ, ਅਤੇ ਜਿਹੜੇ ਕਾਲਰ ਸਾਨੂੰ ਸੁਣ ਪਾ ਰਹੇ ਨੇ, ਵੇਖ ਪਾ ਰਹੇ ਨੇ, ਉਹ ਵੀ ਸਾਨੂੰ ਕਾਲਸ ਕਰ ਸਕਦੇ ਨੇ ਹੇਠ ਲਿਖੇ ਨੰਬਰ ਦੇ ਉੱਤੇ, ਉਹਨਾਂ ਦੀ ਵੀ ਅਸੀਂ ਵੀ ਕਾਲਸ ਲਵਾਂਗੇ ਵਿੱਚ ਵਿੱਚ ਔਰ ਤੁਹਾਡੀ ਵੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ।